ਜ਼ਿਲ੍ਹਾ ਜਲੰਧਰ ਦੇ ਗੁਰਾਇਆ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ। ਯੁਵਾ ਭਾਜਪਾ ਨੇਤਾ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ। ਦੁਕਾਨ ਤੇ ਪਈਆਂ ਬੈਟਰੀਆਂ ਲੈ ਕੇ ਹੋਏ ਫਰਾਰ। ਜ਼ਿਲ੍ਹਾ ਜਲੰਧਰ ਦੇ ਗੁਰਾਇਆ ਸ਼ਹਿਰ ਦੇ ਵਿੱਚ ਚੋਰਾਂ ਦੇ ਹੌਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਨੇ, ਜਿਸ ਦਾ ਕਾਰਨ ਪੁਲਿਸ ਦੀ ਢਿੱਲੀ ਪ੍ਰਣਾਲੀ ਨੂੰ ਹੀ ਕਿਹਾ ਜਾ ਸਕਦਾ ਹੈ। ਤਾਜ਼ਾ ਮਾਮਲਾ ਹੈ ਗੁਰਾਇਆ ਦੇ ਨੈਸ਼ਨਲ ਹਾਈਵੇ ਦਾ, ਜਿੱਥੇ ਚੋਰਾਂ ਨੇ ਤੜਕਸਾਰ ਯੁਵਾ ਭਾਜਪਾ ਨੇਤਾ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ ਅਤੇ ਦੁਕਾਨ ਦੇ ਅੰਦਰ ਪਈਆਂ ਨਵੀਆਂ ਅਤੇ ਪੁਰਾਣੀਆਂ ਬੈਟਰੀਆਂ ਚੋਰੀ ਕਰ ਲਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮਲਜੀਤ ਬਾਵਾ ਨੇ ਦੱਸਿਆ ਕਿ ਉਹਨਾਂ ਨੂੰ ਤੜਕੇ ਉਹਨਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਹੈ। ਜਿਸ ਤੋਂ ਬਾਅਦ ਮੌਕੇ 'ਤੇ ਆ ਕੇ ਉਹਨਾਂ ਨੇ ਵੇਖਿਆ, ਉਹਨਾਂ ਦੀ ਦੁਕਾਨ 'ਚ ਲੱਗੇ CCTV ਕੈਮਰੇ ਚੈੱਕ ਕੀਤੇ ਤਾਂ ਦੇਖਿਆ ਗਿਆ ਕਿ ਤੜਕਸਾਰ 2 ਅਤੇ 3 ਵਜੇ ਦੇ ਕਰੀਬ 2 ਵਾਰ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ 2 ਵਿਅਕਤੀ ਆਏ, ਜਿਨ੍ਹਾਂ ਨੇ ਕਟਰ ਨਾਲ ਦੁਕਾਨ ਦਾ ਸ਼ਟਰ ਤੋੜਿਆ ਅਤੇ ਦੁਕਾਨ ਅੰਦਰ ਦਾਖਲ ਹੋ ਕੇ 18 ਤੋਂ 20 ਦੇ ਕਰੀਬ ਨਵੀਆਂ ਅਤੇ ਪੁਰਾਣੀਆਂ ਬੈਟਰੀਆਂ ਨਾਲ ਗੱਲੇ ਵਿੱਚ ਪਈ ਨਕਦੀ ਚੋਰੀ ਕਰਕੇ ਲੈ ਗਏ, ਜਿਸ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਅੰਦਰ ਸ਼ਟਰ ਜਾ ਕੇ ਦੇਖਿਆ ਕਿ ਸਾਡੀਆਂ ਬੈਟਰੀਆਂ ਟਰੈਕਟਰ ਦੀਆਂ ਤੇ ਇਨਵਰਟਰ ਬੈਟਰੇ ਬੂਟਰੇ ਚੱਕ ਕੇ ਲੈ ਕੇ ਗਏ। ਕਿੰਨੇ ਬੈਟਰੇ ਕਿੰਨੇ ਗਏ ਤੁਹਾਡੇ? 2-3 ਬੈਟਰੀ ਗਏ, ਬਾਕੀ ਟਰੈਕਟਰ ਦੀਆਂ ਬੈਟਰੀਆਂ 12-14-15 ਚੱਲੀਆਂ, ਨਾਲ ਵਿੱਚ ਸਾਡੀ ਪੁਰਾਣੀਆਂ ਬੈਟਰੀਆਂ ਸੀਗੀਆਂ 2-4 ਸਕਰੈਪ ਦੀਆਂ, ਉਹ ਵੀ ਨਾਲ ਲੈ ਗਏ। ਕੈਮਰੇ ਲੱਗੇ ਹੋਏ ਤੁਹਾਡੇ? ਕੈਮਰੇ ਲੱਗਿਆ, CCTV ਕੈਮਰੇ ਵਿੱਚ ਆ ਗਏ ਆ ਉਹ। ਬਾਕੀ ਹੁਣ ਦੇਖਦੇ ਆ, ਭਾਲ ਕਰਦੇ ਆ, ਪਛਾਣਦੇ ਆ ਕੌਣ। ਇਸ ਸੰਬੰਧੀ ਉਹਨਾਂ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤ ਲੈ ਲਈ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 3 ਤਰੀਕ ਨੂੰ 3-3-2022 ਨੂੰ ਕਰੀਬ 2 ਵਜੇ ਤੋਂ ਬਾਅਦ ਬਾਵਾ ਬੈਟਰੀ ਕਮਲ ਦੀ ਦੁਕਾਨ ਹੈ, ਇਹਦੇ ਵਿੱਚੋਂ ਨਾਮ ਨੂੰ ਲੈ ਕੇ ਜਿਹੜੇ ਸ਼ਟਰ ਤੋੜ ਕੇ ਚੋਰੀ ਕਰਕੇ ਲੈ ਗਏ ਬੈਟਰੀਆਂ, ਅਤੇ ਕੈਮਰੇ ਦੀ ਚੈਕਿੰਗ ਕਰਕੇ ਫਿਰ ਅਗਲੀ ਕਾਰਵਾਈ ਹੋਣ ਵਾਸਤੇ ਉੱਠੇ। ਕਿੰਨੇ ਕੁ ਬੈਟਰੀਆਂ ਜੀ, ਨੁਕਸਾਨ ਕਿੰਨਾ ਕੁ ਦੱਸ ਰਹੇ? ਇਹ 5 ਕੁ ਬੈਟਰੀਆਂ ਪੁਰਾਣੀਆਂ ਜੀ, ਬਾਕੀ 13 ਨਵੀਆਂ ਜੀ ਬੈਟਰੀਆਂ। ਕਿੰਨੇ ਬੰਦੇ ਜੀ ਆਏ ਆ ਜੀ ਵਿੱਚੋਂ? 2 ਬੰਦੇ ਨੇ ਇਹ, ਹਾਂਜੀ, ਮੂੰਹ ਬੰਨੇ ਆ ਜੀ ਇਹਨਾਂ ਦੇ, ਅਤੇ ਆਪਣੇ ਜਿਹੜੀ ਗੱਡੀ ਆ ਮਹਿੰਦਰਾ ਪੇ। ਕੀ ਕਾਰਵਾਈ ਕੀ ਹੈ ਜੀ? ਕਾਰਵਾਈ ਕਰ ਰਹੇ ਜੀ, ਤਫਤੀਸ਼ ਕਾਰਵਾਈ ਜਿਹੜੀ ਕਰ ਰਹੇ। ਗੁਰਾਇਆ ਤੋਂ ਚੰਡੀਗੜ੍ਹ ਖਬਰਨਾਮਾ ਦੇ ਲਈ ਜਤਿਨ ਸ਼ਰਮਾ ਦੀ ਰਿਪੋਰਟ।